ਜਿਹੜੀਆਂ ਬਦਬੀਆਂ ਹੋ ਰਹੀਆਂ ਉਹਦੇ ਵਿੱਚ ਕੱਲਾ ਬਦਬੀ ਕਰਨ ਵਾਲੇ ਦਾ ਮਿਸਕੇ ਆ ਰਿਹਾ ਨਾ ਅਗਲੇ ਨੇ ਕਰਨੀ ਆ, ਪਰੰਤੂ ਪ੍ਰਬੰਧਕ ਕਮੇਟੀਆਂ ਵੀ ਕਸੂਰਵਾਰ ਹੈਗੀਆਂ। ਅਸੀਂ ਇਕੱਲੇ ਗੋਲਕਾਂ ਦੀ ਹੁਣ ਜੇ ਇੱਥੇ ਪਟਿਆਲੇ ਦੀ ਗੱਲ ਕਰੀਏ ਤੇ ਉਹ ਬਦਬੀ ਕਰਨ ਵਾਲਾ ਅੰਦਰ ਕਿੱਦਾਂ ਚਲੇ ਗਿਆ ਸਵਾਲ ਪੈਦਾ ਹੁੰਦਾ। ਇਹ ਜਿਹੜੇ ਪ੍ਰਬੰਧਕ ਹੈਗੇ ਆ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਹੈਗੀਆਂ ਉਹ ਕੀ ਕਰਦੀਆਂ ਆ, ਉਹਨਾਂ ਨੂੰ ਵੀ ਤੇ ਆਪਣਾ ਰੋਲ ਅਦਾ ਕਰਨਾ ਚਾਹੀਦਾ ਨਾ। ਸੈੱਟ ਬਣਾ ਕੇ ਜੋ ਕਾਨੂੰਨ ਦੇ ਵਿੱਚ ਹੋਊਗਾ ਜੋ ਬਣਦੀ ਗੱਲ ਹੋਊਗੀ ਉਹ ਅਸੀਂ ਇਨਕੁਆਇਰੀ ਕਰਕੇ ਜੋ ਸੱਚਾਈ ਹੋਊਗੀ ਉਹ ਬਿਲਕੁਲ ਅਸੀਂ ਹੈਲਪ ਕਰਾਂਗੇ। ਜੋ ਪਿਛਲੇ ਦਿਨੀ ਘਟਨਾ ਵਾਪਰੀ ਆ ਦੁਖਨਿਵਾਰਨ ਨੂੰ ਗੁਰਦੁਆਰਾ ਸਾਹਿਬ ਉਸ ਸੰਬੰਧ ਦੇ ਵਿੱਚ ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਰਕਾਰ ਕਮੇਟੀ ਸਿੰਘ ਅਜੇ ਹੋਰ ਸਿੱਖ ਜਥੇਬੰਦੀਆਂ ਦੇ ਸਿੰਘ ਸਾਰੇ ਇੱਥੇ ਪਹੁੰਚੇ ਆ। SSP ਸਾਹਿਬ ਦੇ ਦਫ਼ਤਰ ਆਏ ਸੀਗੇ ਤੇ ਇੱਥੇ ਵਿਚਾਰ ਵਟਾਂਦਰਾ ਹੋਇਆ ਅਫਸਰਾਂ ਦੇ ਨਾਲ। ਹੁਣ ਅਸੀਂ IG ਸਾਹਿਬ ਦੇ ਉੱਥੇ ਵਿਚਾਰ ਕਰਨ ਵਾਸਤੇ ਚੱਲੇ ਹਾਂ ਕਿਉਂਕਿ ਸਾਰੇ ਸਿੰਘਾਂ ਦਾ ਅਤੇ ਅਫਸਰਾਂ ਨੂੰ ਇਹ ਆ ਕਿ ਇੱਕੋ ਤਾਲਮੇਲ ਕਮੇਟੀ ਬਣਾਈ ਜਾਵੇ। ਕਮੇਟੀ ਬਣਾ ਕੇ ਜਿਹੜਾ ਵਾ ਇਸ ਕੇਸ ਨੂੰ ਜਿਹੜਾ ਉਹ ਖਾਰਜ ਕਰਕੇ ਤੇ ਭਾਈ ਨਿਰਮਲਜੀਤ ਸਿੰਘ ਨੂੰ ਜਿਹੜਾ ਉਹ ਰਿਹਾ ਕੀਤਾ ਜਾਵੇ। ਇਸ ਸੰਬੰਧ ਵੀ ਮਿਲੇ ਭਰੋਸਾ ਮਿਲਿਆ ਕੋਈ? ਬਿਲਕੁਲ ਜੀ, ਜਿਹੜਾ ਇੱਥੋਂ ਅਫਸਰਾਂ ਨੇ SSP ਸਾਹਿਬ ਨੇ ਭਰੋਸਾ ਦਿੱਤਾ ਅਤੇ ਉਹਨਾਂ ਨੇ ਤਾਂ ਹੀ ਕਿਹਾ ਕਿ ਅਸੀਂ ਨਾਲ ਚੱਲਦੇ ਹਾਂ ਅਤੇ ਵੱਡੇ ਅਫਸਰਾਂ ਕੋਲ IG ਸਾਹਿਬ ਕੋਲ ਜਾ ਕੇ ਉਹਨਾਂ ਨਾਲ ਗੁਰਮਤਾ ਕਰਕੇ ਅਤੇ ਜਿਹੜੀ ਉਹ ਕਮੇਟੀ ਦੀ ਸੈੱਟ ਜਿਹੜੀ ਉਹ ਬਣਾਈ ਜਾਊਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ये SSP साहब ने जी गल कही सी जो बयान दिता है 302 का पर्चा, उन्होंने कहा भी वो चीज़ा रद्द हो सकती कोई यह जी गलबात अंदर हुई? उन्होंने कहा कि जी सैट बना के जो कानून दे विच होगा जो बनती गल होगी वो असीं इनकुआरी करके जो सच्चाई होगी वो बिल्कुल असीं हैल्प करांगे। बिल्कुल देखो सब अंदर जो गल्लां हुईयां ने तुहानूं भरोसा है भी उस तरीके नाल, क्योंकि हमेशा गोंगलों तो मिट्टी झाड़दी हुई ही सरकार नज़र आई है। देखो जी हर गल दा वखरा वखरा हैगा तजर्बा हैगा, आपां हर वारी जाने आ अक्सर ते इदां ही हुंदा वा, परंतु इत्थे कुछ लगता कि कुछ ना कुछ झोली ਵਿੱਚ ਪੈਣ ਦੀ ਆਸ हैगी है। ਤੇ ਬੇਅਦਬੀਆਂ ਲਗਾਤਾਰ ਹੋ ਰਹੀਆਂ ਰਾਜਪੁਰੇ ਵੀ ਹੋਈ ਹੈ ਤੇ ਉਸ ਨੂੰ ਵੀ ਰੋਕਿਆ ਗਿਆ। ਇਹ ਬੇਅਦਬੀਆਂ ਦੇ ਪਿੱਛੇ ਤੁਹਾਨੂੰ ਕੀ ਲੱਗਦਾ ਵੀ ਸਾਰੇ ਪਾਗਲਾਂ ਨੂੰ ਗੁਰਦੁਆਰੇ ਨਜ਼ਰ ਆਉਂਦੇ ਨੇ? ਦੇਖੋ ਜੀ ਜਿਹੜੀਆਂ ਬੇਅਦਬੀਆਂ ਹੋ ਰਹੀਆਂ ਉਹਦੇ ਵਿੱਚ ਕੱਲਾ ਬੇਅਦਬੀ ਕਰਨ ਵਾਲੇ ਦਾ ਮਿਸਕੇ ਆ ਰਿਹਾ ਨਾ ਅਗਲੇ ਨੇ ਕਰਨੀ ਆ, ਪਰੰਤੂ ਪ੍ਰਬੰਧਕ ਕਮੇਟੀਆਂ ਵੀ ਕਸੂਰਵਾਰ ਹੈਗੀਆਂ। ਅਸੀਂ ਇਕੱਲੇ ਗੋਲਕਾਂ ਦੀ ਹੁਣ ਜੇ ਇੱਥੇ ਪਟਿਆਲੇ ਦੀ ਗੱਲ ਕਰੀਏ ਤੇ ਉਹ ਬੇਅਦਬੀ ਕਰਨ ਵਾਲਾ ਅੰਦਰ ਕਿੱਦਾਂ ਚਲੇ ਗਿਆ ਸਵਾਲ पैदा ਹੁੰਦਾ। ਇਹ ਜਿਹੜੇ ਪ੍ਰਬੰਧਕ ਹੈਗੇ ਆ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਹੈਗੀਆਂ ਉਹ ਕੀ ਕਰਦੀਆਂ ਆ, ਬਿਲਕੁਲ ਉਹਨਾਂ ਨੂੰ ਵੀ ਤੇ ਆਪਣਾ ਰੋਲ ਅਦਾ ਕਰਨਾ ਚਾਹੀਦਾ ਨਾ। ਜੀ ਬਹੁਤ ਬਹੁਤ ਧੰਨਵਾਦ। ਸੋ ਇਹ ਸੀ ਸੁਖਜੀਤ ਸਿੰਘ ਖੋਸਾ ਸਤਿਕਾਰ ਕਮੇਟੀ ਤੋਂ ਜੋ SSP ਆਫਿਸ ਦੇ ਵਿੱਚ ਆਏ ਸੀਗੇ ਮੰਗ ਪੱਤਰ ਦੇਣ ਵਾਸਤੇ। ਤੇ ਦੇਖਿਆ ਜਾਏਗਾ ਕਿ ਹੁਣ ਆਖਿਰ ਨਿਰਮਲਜੀਤ ਸਿੰਘ ਸੈਣੀ ਦੇ ਨਾਲ ਪੁਲਿਸ ਦਾ ਕੀ ਰਵੱਈਆ ਹੁੰਦਾ ਕਿ ਵਾਕਈ ਹੀ ਉਸ ਤੇ ਧਾਰਾਵਾਂ ਜੋ ਲਗਾਈਆਂ ਹੋਈਆਂ ਨੇ ਸੰਗੀਨ 302 ਵਰਗੀਆਂ ਉਹ ਰੱਦ ਕਰ ਦਿੱਤੀਆਂ ਜਾਣਗੀਆਂ। ਕਿਉਂਕਿ SSP साहब ने आप अपने बयान च कहा है कि जो उस बीबी ने गुरु घर दे किया उस गुरु घर दे बीबी ने शराब पीती जिसनों जिस बारे सुन के निर्मलजीत तो अपने आप उत्ते काबू नहीं रहा तो तैश विच आके उसने गोलियां मार के उसनों मार दिता। 302 की धारा तो इत्थे SSP साहब के अपने बयान पर ही मुक्क जाती है। बाकी देखते हैं अगे की बनता है। बने रहो गुरबाणी अखंड बाणी नाल। वाहिगुरू जी का खालसा वाहिगुरू जी की फतेह।